ਸਾਡੇ ਕੋਲ ਦੋ ਜ਼ਖਮੀ ਆਏ ਨੇ, ਇੱਕ ਦਾ ਨਾਂ ਹਰਪ੍ਰੀਤ ਸਿੰਘ, ਦੂਸਰਾ ਜਸ਼ਨਪ੍ਰੀਤ ਸਿੰਘ। ਠੀਕ ਹੈ, ਦੋਨੋਂ ਹੀ ਵਾਸੀ ਕੋਟਲਾ ਸਰਫ ਦੇ ਨੇ ਅਤੇ ਦੋਨੋਂ ਹੀ ਉਹਨਾਂ ਨੂੰ ਫਸਟ ਏਡ ਦੇ ਦਿੱਤੀ ਹੈ ਅਤੇ ਉਹਨਾਂ ਨੂੰ ਐਡਮਿਟ ਸਿਵਲ ਹੋਸਪਿਟਲ ਬਟਾਲਾ ਕਰ ਲਿਆ ਹੈ। ਪੇਸ਼ੈਂਟ ਸਟੇਬਲ ਨੇ, ਕਿਸੇ ਤਰ੍ਹਾਂ ਦੀ ਕੋਈ ਸੀਰੀਅਸ ਨੀਸ ਨਹੀਂ ਹੈ। ਪੇਸ਼ੈਂਟ ਨੂੰ ਆਪਣੇ ਸਿਵਲ ਹੋਸਪਿਟਲ ਬਟਾਲਾ ਹੀ ਅਸੀਂ ਐਡਮਿਟ ਕੀਤਾ। ਅਤੇ ਮੇਰੇ ਚਾਚੇ ਦੇ ਮੁੰਡੇ ਨੇ ਗੋਲੀਆਂ ਮਰਵਾਈਆਂ ਜੇ ਆਣ ਕੇ ਆਪਣੇ ਜੀਜੇ ਨੂੰ ਸੱਦ ਕੇ। ਸਾਡਾ ਝਗੜਾ ਕੁਛ ਨਹੀਂ ਆ, ਉਹਦੇ ਪਾਪਾ ਜੀ ਗਏ ਸੀ ਅੱਡੇ ਵਿੱਚ ਦਵਾਈ ਲੈਣ, ਜਿਹੜਾ ਸਾਡੇ ਚਾਚੇ ਦਾ ਮੁੰਡਾ ਉਹਦੇ ਪਾਪਾ ਜੀ ਗਏ ਸੀ ਦਵਾਈ ਲੈਣ। ਉਹ ਮਗਰੋਂ ਗਾਲਾਂ ਕੱਢ ਕੇ ਆਪਣੇ ਪਾਪਾ ਨੂੰ ਕਹਿੰਦਾ ਵੀ ਤੂੰ ਤਾਇਆਂ ਦੇ ਅਤੇ ਚਾਚਿਆਂ ਦੇ ਆਖੇ ਕਿਉਂ ਲੱਗਦਾ ਹੈ। ਅਤੇ ਮੇਰੇ ਪਾਪਾ ਹੋਣੀ ਗਏ ਕੰਮ 'ਤੇ ਗਏ ਮੇਰੇ ਪਾਪਾ ਹੋਣੀ, ਅਤੇ ਇਸੇ ਗੱਲੋਂ ਉਹ ਗਾਲਾਂ ਕੱਢਦਾ ਸੀ ਮੇਰੇ ਪਾਪਾ ਹੋਣਾਂ ਨੂੰ। ਅਤੇ ਫਿਰ ਮੈਂ ਉਹਦੇ ਚਪੇੜ ਮਾਰੀ ਜੀ, ਅਤੇ ਸ਼ਾਮਾਂ ਨੂੰ ਆਣ ਕੇ 8:15 ਨਾਲ ਆਣ ਕੇ ਅਤੇ ਆਪਣੇ ਜੀਜੇ ਨੂੰ ਲੈ ਕੇ ਗੋਲੀਆਂ ਸਾਡੇ ਮਰਵਾ ਦਿੱਤੀਆਂ ਜੀ। ਗੋਲੀਆਂ 20-25 ਚਲਾਈਆਂ ਜੀ, 7-8 ਜਾਣੇ ਹੈਗੇ ਜੀ। ਬਾਕੀ ਪਹਿਚਾਣ ਜਿਹੜੀ ਗਈ, ਇੱਕ ਮੁੰਡਾ ਅੰਮ੍ਰਿਤਪਾਲ ਸਿੰਘ ਜਿਹੜਾ ਡੇਅਰੀ ਵਾਲਾ, ਉਹ ਸਾਡੇ ਪਹਿਚਾਣ 'ਚ। ਹਾਂਜੀ, ਪਹਿਲਾਂ ਨਹੀਂ ਕੋਈ ਝਗੜਾ ਚੱਲਦਾ। ਹਾਂਜੀ, ਵੈਸੇ ਗੱਲ ਉਹ ਪਹਿਲਾਂ ਡਬਈ ਰਹਿੰਦਾ ਰਿਹਾ ਮੁੰਡਾ, ਹੁਣ ਉਹ ਚਾਚੇ ਦਾ ਮੁੰਡਾ ਇੱਥੇ ਆਇਆ ਵਾ। ਉਹਦੀ ਮਾਂ ਪਹਿਲਾਂ ਮਰ ਗਈ, ਕੁਝ 1.5 ਸਾਲ ਹੋ ਗਿਆ, ਐਕਸੀਡੈਂਟ ਹੋ ਗਿਆ ਸੀ, ਅਤੇ ਉਹ ਸਾਡੇ ਹੱਥ ਵੱਸ ਨਹੀਂ, ਅਸੀਂ ਬਚਾ ਸਕਦੇ ਨਹੀਂ। ਕਹਿੰਦਾ ਸੀ ਤੂੰ ਮੇਰੀ ਮਾਂ ਨੂੰ ਨਹੀਂ ਬਚਾਇਆ। ਇਸੇ ਗੱਲੋਂ ਲੜਾਈ ਝਗੜਾ ਚੱਲਦਾ ਜੀ। ਆਉਂਦੇ ਆ ਭਾਅ ਜੀ, ਪਹਿਲਾਂ ਸਾਡਾ ਬੂਹਾ ਖੜਕਾਇਆ, ਮੰਮੀ ਨਾਲ ਪੁੱਛਿਆ ਵੀ ਤੂੰ ਕੌਣ ਆ, ਉਹ ਕਹਿੰਦਾ ਮੈਂ ਵਿੱਕੀ ਹਾਂ, ਕੱਢੋ ਆਪਣੇ ਮੁੰਡੇ ਨੂੰ ਬਾਹਰ। ਅਤੇ ਮੇਰੇ ਭਾਈ ਹੋਣੀ ਆਏ ਆ ਗੋਲੀਆਂ ਮਾਰਨ, ਕੱਢੋ ਅਸੀਂ ਗੋਲੀਆਂ ਮਾਰ ਕੇ ਜਾਣਾ ਜੀ। ਅਤੇ ਆਉਂਦਿਆਂ ਗੋਲੀਆਂ ਚਲਾ ਦਿੱਤੀਆਂ। ਅਜੇ ਦੇਖੋ ਜੀ, ਸਾਡਾ ਭਤੀਜਾ ਲੱਗਦਾ ਵਾ ਜਗਰਮਜੀਤ ਸਿੰਘ ਵਿੱਕੀ, ਪਿੰਡ ਕੋਲ ਸਭ ਦਾ। ਉਹਦਾ ਪਿਓ ਦਾ ਨਾਮ ਜਸਵੀਰ ਸਿੰਘ ਆ, ਜਸਵੀਰ ਮੇਰਾ ਭਰਾ ਵਾ ਛੋਟਾ। ਅਤੇ ਉਹ ਇਹ ਕਹਿੰਦੇ ਸਾਡਾ ਮੁੰਡਾ ਵੀ, ਅਤੇ ਉਹ ਵੀ ਟਰਾਈ 'ਤੇ ਗਿਆ ਗੁਰੂ ਸਾਹਿਬ ਮੇਲੇ ਵਿੱਚ। ਅਤੇ ਉਹਦਾ ਪਿਓ ਦਵਾਈ ਲੈਣ ਜਾਣ ਡਿਆ ਸੀ, ਮਤਲਬ ਝੰਡੇ ਦੇ ਪੁੱਲ 'ਤੇ। ਅਤੇ ਉਹ ਕਹਿਣ ਡਿਆ ਪਿਆ ਵੀ ਤੂੰ ਚੂੜਾ ਲੱਗਿਆ ਉਹਨਾਂ ਦਾ, ਤੂੰ ਉਹਨਾਂ ਦਾ ਕੰਮ ਕਾਰ ਕਰਦਾ, ਫਿਰ ਆਪ ਨਹੀਂ ਜਾ ਸਕਦੇ। ਉਹਨੂੰ ਨਹੀਂ ਪਤਾ ਵੀ ਇਹ ਕਿਹਦੇ ਕੰਮ ਜਾ ਰਿਹਾ, ਉਹ ਆਪਣੇ ਪੈਰਾਂ ਦੇ ਖਿਲਾਫ ਦਵਾਈ ਲੈਣ ਜਾ ਰਿਹਾ ਜੀ। ਅਤੇ ਇਸੇ ਗੱਲ ਤੋਂ ਗਾਲਾਂ ਕੱਢਣਾ ਪਿਆ ਚਾਚੇ ਤਾਇਆਂ ਨੂੰ, ਉਹ ਗੰਦੀਆਂ ਗਾਲਾਂ ਕੱਢਦਾ। ਹਾਂਜੀ, ਵੀ ਉਹਨੂੰ ਪਤਾ ਨਹੀਂ ਵੀ ਇਹ ਕਿਸ ਕੰਮ ਜਾ ਰਿਹਾ, ਅਤੇ ਗਾਲਾਂ ਕੱਢਣਾ ਪਿਆ। ਮੇਰਾ ਮੁੰਡਾ ਮੇਲਾ ਵਿਖੜ ਗਿਆ ਸੀ ਨਾਲ, ਉਹਨੇ ਕਿਹਾ ਵੀ ਤੂੰ ਗਾਲਾਂ ਕਿਉਂ ਕੱਢਣਾ ਵਾ, ਦਾ ਨਾਂ ਲੈ ਕੇ ਗਾਲਾਂ ਕੱਢ। ਅਤੇ ਇਸੇ ਗੱਲ ਤੋਂ ਮਤਲਬ ਉਹ ਰੌਲਾ ਪਾਉਣ ਡਿਆ ਪਿਆ, ਮੇਰੇ ਮੁੰਡੇ ਕੇ ਥੱਪੜ ਮਾਰਿਆ ਉਹਦੇ। ਇਸੇ ਗੱਲ ਤੋਂ ਮੁੜ ਕੇ ਘਰ ਆ ਗਿਆ, ਅਤੇ ਮੁੜ ਕੇ ਉਹਨੇ ਕਿਹਾ ਵੀ ਮੁੜ ਕੇ ਚੁੱਪ, ਕੋਈ ਗੱਲਬਾਤ ਨਹੀਂ ਹੋਈ। ਫਿਰ ਇਹਨਾਂ ਫੋਨ ਕਰਤਾ ਆਪਣੇ ਜੀਜੇ ਨੂੰ, ਅੰਮ੍ਰਿਤਪਾਲ ਸਿੰਘ ਨੂੰ, ਜੋ ਪਿੰਡ ਡੇਰੀ ਵੱਲ ਦਾ ਰਹਿਣ ਤਸਕੇ ਲਾ ਕੇ ਪਿੰਡ ਆ ਜੀ। ਫਿਰ ਉਹ ਮੁੰਡੇ ਲੈ ਕੇ ਆ 5-7 ਨਾਲ ਪਿਸਟਲ ਲੈ ਆਇਆ, ਉਹਨੇ ਗੋਲੀ ਚਲਾਈ ਛੱਡਿਆ ਮਾੜੇ 8 ਵਜੇ ਨਾਲ ਪਿੰਡ ਆਣ ਕੇ। ਅਤੇ ਅਸੀਂ ਤਾਂ ਬੜੇ ਦੌੜ ਭੱਜ ਕੇ ਬਚੇ ਹਾਂ ਜੀ। ਫਿਰ ਅਸੀਂ ਸਾਡੇ ਕੋਲ ਖਾਲੀ ਹੱਥ, ਤੁਹਾਨੂੰ ਪਤਾ ਵੀ ਅਸੀਂ ਕਿਹੜਾ ਵੀ ਲੜੀ ਕਰਨੀ ਸੀ ਜਾਂ ਕੋਈ ਡੰਡਾ ਛੋਟਾ ਫੜ ਲੈਂਦੇ। ਅਸੀਂ ਭੱਜੇ ਦੌੜੇ, ਲਾਲਾ ਲਾਲਾ ਕੀਤੀ, ਫੜ ਲਓ ਫੜ ਲਓ ਫੜ ਲਓ। ਫਿਰ ਬੜੇ ਜ਼ੋਰ ਨਾਲ ਭਜਾਏ ਆ, ਫਿਰ ਵੀ ਉਹਨਾਂ ਸਾਡੇ ਗੋਲੀਆਂ ਮਾਰਦੀਆਂ ਵਾ। ਫਿਰ ਜੀ ਕਿਰਪਾਨਾ ਦੱਸ ਵੀ ਹੈਗੇ ਸੀ ਜੀ, ਅਤੇ ਦੋ ਕੁ ਪਿਸਟਲ ਸੀ ਉਹਨਾਂ ਕੋਲ ਦੋਵਾਂ ਜਾਣਿਆਂ ਕੋਲ। ਅਤੇ ਬੜੇ ਜ਼ੋਰ ਨਾਲ ਉਹਨਾਂ 25-30 ਗੋਲੀਆਂ ਚਲਾਈਆਂ, ਬੜੇ ਜ਼ੋਰ ਨਾਲ ਭੱਜ ਕੇ ਭਾਅ ਜੀ ਬਚੇ ਹੋਏ ਬਹੁਤ ਜ਼ਿਆਦਾ। ਭਾਅ ਜੀ ਉਹ ਸਾਨੂੰ ਵੀ ਮਾਰੀਆਂ ਉਹਨਾਂ, ਮੇਰੇ ਆ ਕੈਂਕਰ 'ਚ ਅੱਗੇ ਲੱਗੀ ਆ ਲੱਤ 'ਤੇ, ਅਤੇ ਅਸੀਂ ਭੱਜ ਕੇ ਬਚੇ ਹਾਂ ਦੌੜ ਭੱਜ ਕੇ ਜਿਹੜਾ। ਅਤੇ ਬਾਕੀ ਆ ਸਾਡੇ ਮੁੰਡਿਆਂ ਦਾ ਵੱਜੀਆਂ ਵਾ, ਹਰਪ੍ਰੀਤ ਸਿੰਘ ਦੇ, ਜਸਪ੍ਰੀਤ ਸਿੰਘ ਦੇ। ਇੰਟੀਮੇਸ਼ਨ ਆਈ ਹੈ ਵੀ ਹਰਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਕੋਲ ਗੋਲੀ ਲੱਗੀ, ਉਹਦੇ ਕਰਕੇ ਦਾਖਲ ਨੇ ਹੋਸਪਿਟਲ, ਉਹਦੇ ਕਰਕੇ ਪਹੁੰਚੇ ਆਪਾਂ ਹੋਸਪਿਟਲ, ਅਤੇ ਇਸ ਤੋਂ ਬਾਅਦ ਜੋ ਵੀ ਕਾਰਵਾਈ ਉਹ ਆਪਾਂ ਕਰਦੇ ਹਾਂ। ਸਰ ਕਿੱਥੋਂ ਤੁਹਾਡਾ ਮਤਲਬ ਕੀ ਕਾਰਨ ਸੀਗਾ ਝਗੜੇ ਦਾ? ਕਾਰਨ ਅਜੇ ਪਤਾ ਨਹੀਂ ਲੱਗਾ ਕੁਛ ਵੀ, ਅਜੇ ਜਸਟ ਇੰਟੀਮੇਸ਼ਨ ਮਿਲੀ ਹੈ ਅਤੇ ਆਪਾਂ ਪਹੁੰਚ ਗਏ ਹਾਂ। ਇਸ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਕਾਰਨ ਕੀ ਇਹਨਾਂ ਦਾ। ਕਿੱਥੋਂ ਤੋਂ ਰਹਿਣ ਵਾਲੇ ਆ? ਕੋਟਲਾ ਸਰ ਪਿੰਡ ਦੇ ਰਹਿਣ ਵਾਲੇ ਆ, ਜੋ ਪਤਾ ਲੱਗਾ। ਕਿੰਨੀਆਂ ਗੋਲੀਆਂ